ਵਿਦਾ ਅਮਸਬਾ ਹਲਕਾ ਖੇਮਕਰ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਹੰਝੂਆਂ ਨਾਲ ਢਿੱਡ ਭਰ ਕੇ guzara ਕਰ ਰਿਹਾ ਇਹ ਗਰੀਬ ਪਰਿਵਾਰ ਅੱਖਾਂ ਦੀ ਸੇਜ ਲਈ ਕਿਸੇ ਐਸੇ ਇਨਸਾਨ ਦੀ ਉਡੀਕ ਕਰ ਰਿਹਾ ਜੋ ਉਹਨਾਂ ਦੇ ਢਿੱਡ ਭਰਨ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਦੇਵੇ ਪਿੰਡ ਕਰਿਆਲਾ ਦੇ ਵਸਨੇਕਾ ਗਰੀਬ ਪਰਿਵਾਰ ਦੇ ਘਰ ਦੀ ਹਾਲਤ ਇੰਨੀ ਜ਼ਿਆਦਾ ਮੰਦੀ ਹੈ ਕਿ ਇਹ ਘਰ ਦੋ ਵਕਤ ਦੀ ਰੋਟੀ ਦਾ ਬੰਦੋਬਸਤ ਕਰਨ ਲਈ ਇਹਨਾਂ ਨੂੰ ਲੋਕਾਂ ਅੱਗੇ ਝੋਲੀ ਢਣੀ ਪੈਂਦੀ ਹੈ ਅਤਿ ਦੀ ਗਰੀਬੀ ਚ ਝਲ ਰਿਹਾ ਇਸ ਪਰਿਵਾਰ ਵਿੱਚ ਚਾਰ ਜੀ ਰਹਿੰਦੇ ਹਨ ਅਤੇ ਘਰ ਦਾ ਇੱਕ ਹੀ ਕੋਠਾ ਹੈ ਜੋ ਕਿ ਸਾਰਾ ਹੀ ਕੱਚਾ ਹੈ ਅਤੇ ਉਸ ਕੋਠੇ ਦੀ ਛੱਤ ਵੀ ਕੰਨਾਂ ਤੇ ਟਿੱਕੀ ਹੋਈ ਹੈ ਜੋ ਕਿ ਡਿੱਗਣ ਦੇ ਕਿਨਾਰੇ ਤੇ ਹੈ ਜਿਸ ਕਰਕੇ ਪੀੜਿਤ ਪਰਿਵਾਰ ਦੇ ਛੱਤ ਥੱਲੇ ਥੰਮੀਆਂ ਦੇ ਕੇ ਉਸ ਨੂੰ ਖਿਲਾਰਿਆ ਹੋਇਆ ਹੈ ਇਸ ਮੌਕੇ ਪਰਿਵਾਰ ਵਾਲਿਆਂ ਨੇ ਗੱਲ ਕਰਦਿਆਂ ਕਿਹਾ ਕਿ ਗਰੀਬੀ ਕਾਰਨ ਉਹਨਾਂ ਦਾ ਜੀਣਾ ਹਰਾਮ ਹੋ ਚੁੱਕਿਆ ਹੈ ਅਤੇ ਉਹਨਾਂ ਦਾ ਇੱਕੋ ਇੱਕ ਪੁੱਤਰ ਹੈ ਜੋ ਕਿ ਦਿਹਾੜੀ ਟੱਪਾ ਕਰਕੇ ਹੀ ਕੁਝ ਕਮਾਉਂਦਾ ਹੈ। ਇੰਨਾ ਹੀ ਨਹੀਂ ਪਰਿਵਾਰ ਦਾ ਜੋ ਮੁੱਖੀ ਕਮਾਉਣ ਵਾਲਾ ਸੀ ਉਹ ਵੀ ਬਿਮਾਰੀ ਦੇ ਕਾਰਨ ਮੰਝੇ ਨਾਲ ਜੁੜ ਗਿਆ ਹੈ। ਉਹਨਾਂ ਨੇ ਸਮਾਜ ਸੇਵੀਆਂ ਅਤੇ ਸਰਕਾਰਾਂ ਤੋਂ ਗੁਹਾਰ ਲਗਾਈ ਹੈ ਕਿ ਸਰਕਾਰ ਉਹਨਾਂ ਦੀ ਮਦਦ ਕਰੇ। ਇਹ ਜਿਹੜਾ ਘਰ ਦੀ ਤੁਹਾਡੀ ਇਹਦੀ ਹਾਲਤ ਅਕਸਰ ਕਦੋਂ ਤੋਂ ਇਤਨਾ ਇਥੇ ਸ਼ੁਰੂ ਤੋਂ ਹੀ ਇਤਨਾ ਤਰੀ ਆਉਂਦੀ ਪਈ ਇਤਨਾ ਆਪ ਦਾ ਛੱਟ ਸਾਲ ਵੀ ਦਿਹਾੜੀ ਝੱਪਾ ਕਰਨ ਤੇ ਰੋਟੀ ਪਾਣੀ ਦਾ ਸਰਦਾ। ਕਿੰਨੇ ਜੀਜੇ ਤੁਸੀਂ? 4 ਚ ਜੀ। ਤੇ ਕਮਰੇ ਕਿੰਨੇ ਕਰਦੇ ਕਮਰਾ ਇਹੋ ਇੱਕੋ ਹੀ ਅੱਛਾ ਤੇ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਏ ਜੀ ਏਡਾ ਗੁਜ਼ਾਰਾ ਹਣ ਮਾਰੀ ਜਾਂਈਆਂ ਵੀਰੇ ਅੱਛਾ ਤੇ ਘਰ ਦਾ ਰੋਟੀ ਪਾਣੀ ਦਾ ਕਿ ਤਰ੍ਹਾਂ ਸਰ ਰੋਟੀ ਪਾਣੀ ਦਾ ਤੁਹਾਨੂੰ ਦੱਸਿਆ ਦੇਗਾ ਵੀ ਇਸ ਤਰ੍ਹਾਂ ਮੁੰਡਾ ਜਾਂਦਾ ਜੇ ਕਿਤੇ ਮਿਲਗੀ ਦਿਹਾੜੀ ਤੇ ਲੈ ਆਉਂਦਾ ਤੇ ਨਹੀਂ ਤੇ ਮੀ ਪੈਂਦਾ ਨੇ ਤੇ ਸਾਰੇ ਜੀ ਤੁਸੀਂ ਇਸੇ ਕੋਠੇ ਥੱਲੇ ਤੁਹਾਨੂੰ ਹਾਂਜੀ ਤੇ ਜੇ ਕੋਈ ਨੁਕਸਾਨ ਹੋ ਜਾਣਾ ਸਾਨ ਆਵੇ ਥੰਮੀ ਦਿੱਤੀ ਹੈ ਅੱਛਾ ਤੇ ਕੀ ਮੰਗ ਕਰਦੇ ਤੁਸੀਂ ਮਾਂਗੇ ਹੋ ਸਾਡੀ ਆਹੋ ਹੀ ਆ ਵੀ ਮਗਿਆ ਸੁਣਨ ਫਰਿਆਦ ਕੋਈ ਸਾਨੂੰ ਦੇਣ ਕੋਈ ਕੋਠਾ ਪਾਲ ਗਏ ਕੋਈ ਇਹਦਾ ਇਲਾਜ ਕਰਾ ਲਈਏ ਅੱਛਾ ਤੇ 32 ਦਾ ਕਿਸ ਤਰ੍ਹਾਂ ਦਿੰਨ 32 ਦਾ ਮੀਟਰ ਲਾਇਆ ਸੀ ਪਹਿਲਾਂ ਹੂੰ ਐ ਤਰ੍ਹਾਂ ਫੜ ਦੜ ਕੇ ਉਹ ਬੇਲੇ ਨਹੀਂ ਕਰਿਆ ਗਿਆ ਤਾਂ ਮੀਟਰ ਲੈ ਕੇ ਪੁੱਟ ਗਏ ਅੱਛਾ ਤਾਰਾਂ ਤੋੜਾ ਵੀ ਲਾਇਆ ਸੀ ਹੁਣ ਅਜੇ ਤਾਈ ਲੱਗਦਾ ਨਹੀਂ ਤੇ ਬਜ਼ੁਰਗ ਕਦੋਂ ਤੋਂ ਮੰਜੇ ਤੇ ਨੇ ਹਿੰਦੋ ਸਾਲ ਹੋਈ ਅੱਛਾ ਤੇ ਦਵਾਈ ਦਾ ਕਿਸ ਤਰ੍ਹਾਂ ਕਰਦਾ ਦਵਾਈ ਹੁੰਦੇ ਆਂਦੇ ਨਹੀਂ ਕਿ ਤਿੰਨ ਮਹੀਨੇ ਹੋ ਗਏ ਦਵਾਈ ਤੋਂ ਬੈਠਾ ਉਤਰੇ ਬੈਠੇ ਤੋਂ ਹਾਂਜੀ ਹੇ ਰੇ ਹੋ ਮੰਗ ਕਰਦੇ ਵੀ ਇਹਦੀ ਦਵਾਈ ਦਾਰ ਜੋਗਾ ਕੋ ਰੋਟੀ ਪਾਣੀ ਜੋਗਾ ਦੇ ਦੇਣ ਹੱਥ ਜੋੜ ਕੇ ਸਾਡੀ ਤੇ ਬੇਨਤੀ ਹੈ ਹੋਈ ਕੀ ਨਾ ਬਈ ਤੁਹਾਡਾ ਮਲੂਸਨ ਕੀ ਗੱਲ ਹੋਈ ਜਿਹੜੇ ਮੰਜੇ ਤੇ ਤੁਸੀਂ ਪਏ ਹੋ ਤੁਸੀਂ 2-3 ਸਾਲ ਹੋ ਗਏ ਪਏ ਹੋ ਕੀ ਗੱਲ ਹੋ ਗਈ ਸੀ ਇਸ ਤਰ੍ਹਾਂ ਪਤਾ ਨਹੀਂ ਲੱਗਾ ਚੱਕਰ ਜੇ ਹੋਣ ਦੇ ਬਲੱਡ ਵਾ ਗਿਆ ਬਹੁਤ ਜਿਆਦਾ ਸਭ ਤੋਂ ਜਿਆਦਾ ਅਟੈਕ ਹੋਇਆ ਹਾਂਜੀ ਟੈਕਾ ਕੋਈ ਟੈਕ ਹੀ ਹੋ ਗਿਆ ਸੇ ਘਰ ਦਾ ਗਿਆਰਾ ਕਿਸ ਤਰ੍ਹਾਂ ਚੱਲਣਾ ਹੈ ਇਸ ਤਰ੍ਹਾਂ ਮੁੰਡਾ ਇੱਕ ਉਹ ਇਸ ਤਰ੍ਹਾਂ ਝਾੜੀ ਧੂੜੀ ਲਿਉਂਦਾ ਕਰਕੇ ਤੋਂ ਉਹ ਟਾਈਮ ਪਾਸ ਕਰ ਲੈਨੇ ਦੋ ਮਹੀਨੇ ਹੋ ਗਏ ਤੇਰੇ ਨੂੰ ਦਵਾਈ ਖੁਣੋ ਲੈਂਦੀ ਨਹੀਂ ਗਈ ਤੇ ਜੇ ਉਹ ਵੀ ਭਾਂਡਾ ਛੰਨਾ ਸਾਰਾ ਵੇਚ ਕੇ ਤਾੜ ਦੇ ਲਾਤਾ ਜੋ ਵੀ ਜੈਸ ਗੁਮ ਬੱਤੀ ਵਾਲੇ ਜੋ ਵੀ ਸਭ ਲਗਾਤਾਰ ਵਧ ਗਏ ਕੀ ਮੰਗ ਕਰਦੇ ਇਥੇ ਕੰਮ ਇਹੋ ਝੜੀ ਦਾ ਪਾਈ ਕਰਦੇ ਹਾਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੋਈ ਆਪ ਦੀ ਮਤਤ ਕਰਨ ਕੋਈ ਥੋੜੀ ਬਾਦੀ ਕੋਨਾ ਕੋ ਕਰਨਾ ਅਹੀਂ ਕੋਈ ਆਪ ਦਾ ਵੀ ਰੋਟੀ ਪਾਣੀ ਜੋਗੇ ਹੋ ਜੀਏ ਕੋਈ ਦਵਾਈ دارو ਕਰਕੇ ਕੋਈ ਕਾਂ ਉਸ ਜੇ ਕਹੇ ਇਹ ਜਿਹੜਾ ਕੋਠਾ ਕੱਚਾ ਹੈ ਹਾਂਜੀ ਇਹ ਕਿਦਾ ਹੈ ਕੱਚਾ ਇਹ ਮੇਰਾ ਜੀ ਕਿੰਨੇ ਪਰਿਵਾਰ ਦੇ ਜੀਜ ਹੈ ਤੁਸੀਂ ਅਹੀਂ ਇੱਕ ਦੋ ਦੀ ਹੈ ਮੇਰੀ ਇੱਕ ਦੋ ਦਾ ਆਇਆ ਉਹ ਵੀ ਉਹਨੂੰ ਇੱਥੇ ਕਰਕੇ ਸੱਜਾ ਵੀ ਉੱਠਿਆ ਬੈਠਾ ਨਹੀਂ ਜਾਂਦਾ ਉਹਨੂੰ ਇਸ ਕਰਕੇ ਸੱਜਾ ਹੀ ਕੋਲ ਇੱਕ ਮੁੰਡਾ ਬਸ ਸਵਾ ਲੱਖੀ ਇਸੇ ਕੋਠੇ ਹੀ ਸੁੰਦੇ ਸਾਰੇ ਜਣੇ ਹਾਂਜੀ ਤੇ بارش ਦੇ ਦੇਣੇ ਤੇ ਗੁਜ਼ਾਰਾ ਕਿਵੇਂ ਹੁੰਦਾ ਇਹ ਤਾਂ ਜੀ ਤੁਮੀਆਂ ਤੁਮੀਆਂ ਲਾਈਆਂ ਨੇ ਥੱਲੇ ਡਿੱਗਣ ਤੋਂ ਪਹਿਪੇ ਖੜਾ ਰਹੂਗਾ ਕੀ ਮੰਗ ਕਰਦੇ ਸਸਥਾ ਕੋਈ ਜੀ ਮਤਮਤ ਕਰਨ ਕੋ ਚੱਲੇ ਵਾਸਤੇ ਕੋਈ ਇਤਰਾ ਹੀ ਰੋਟੀ ਪਾਣੀ ਵਾਸਤੇ ਟਾਈਂ ਪਾਸ ਹੋ ਜੇ ਕੋਈ ਦਵਾਈ दारू ਵਾਸਤੇ ਕੋਈ ਹੋ ਜੇ ਕੋਈ ਪ੍ਰਾਈਮੋ ਦੇ ਲਈ ਤਰਨ ਤਰਨ ਤੋਂ ਦਰਸ਼ਨ ਸਿੰਘ ਸੰਧੂ ਅਤੇ ਬਲਜੀਤ ਸਿੰਘ ਦੀ ਰਿਪੋਰਟ